ਆਮ ਸਧਾਰਨ ਲੋਕਾਂ ਵਾਂਗ ਯੂਰਪ ਦੇ ਬਾਦਸ਼ਾਹਾਂ ਦੇ ਵੀ ਬੁੱਢਾਪੇ ਕਾਰਨ ਨਜ਼ਰ ਕਮਜ਼ੋਰ ਹੋ ਜਾਂਦੀ ਸੀ ਪਰ ਉਹਨਾਂ ਨੂੰ ਐਨਕ ਲਾਉਣ ਦੀ ਆਗਿਆ ਨਹੀਂ ਸੀ ਕਿਉਂਕਿ ਇਵੇਂ ਕਰਨ ਨਾਲ ਉਹਨਾਂ ਦਾ ਰੋਪ ਘਟਦਾ ਸੀ ਤੇ ਉਹ ਬਾਦਸ਼ਾਹ ਨਹੀਂ ਪਾਦਰੀ ਜਾਂ ਅਧਿਆਪਕ ਲੱਗਦੇ ਸਨ ਬਾਦਸ਼ਾਹ ਦਾ ਮਰਨਾ ਬੜੀ ਵੱਡੀ ਘਟਨਾ ਹੁੰਦੀ ਸੀ ਕਿਉਂਕਿ ਇਸ ਨਾਲ ਸਭ ਕੁਝ ਬਦਲ ਜਾਂਦਾ ਸੀ ਕੁਝ ਵੀ ਪਹਿਲੇ ਵਾਂਗ ਨਹੀਂ ਸੀ ਰਹਿੰਦਾ ਬਾਦਸ਼ਾਹ ਦੀ ਬਿਮਾਰੀ ਨਾਲ ਸਾਰੀ ਬਾਦਸ਼ਾਹਤ ਬਿਮਾਰ ਪੈ ਜਾਂਦੀ ਸੀ ਬਾਦਸ਼ਾਹ ਦੇ ਹਕੀਮਾਂ 'ਚ ਇਹ ਨਹੀਂ ਦਲੇਰੀ ਤੇ ਸ਼ਕਤੀ ਨਹੀਂ ਸੀ ਕਿ ਉਹ ਬਾਦਸ਼ਾਹ ਨੂੰ ਉਹਦੀ ਹੋਣ ਵਾਲੀ ਮੌਤ ਬਾਰੇ ਦੱਸਣ ਬਾਦਸ਼ਾਹ ਨੂੰ ਹਕੀਮਾਂ ਤੇ ਦਰਬਾਰੀਆਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਸੀ ਕਿ ਮੌਤ ਆ ਗਈ ਹੈ ਜਦੋਂ ਬਾਦਸ਼ਾਹ ਆਪਣੇ ਸ਼ਾਹੀ ਮਹਿਲ ਦੇ ਵੱਡੇ ਹਾਲ 'ਚ ਮਰ ਰਿਹਾ ਹੁੰਦਾ ਸੀ ਤਾਂ ਵਜ਼ੀਰ ਤੇ ਦਰਬਾਰੀ ਨਵੇਂ ਬਾਦਸ਼ਾਹ ਨੂੰ ਆਪਣੇ ਵਫਾਦਾਰੀ ਦੇ ਹਲਫਨਾਮੇ ਦੇਣ ਲਈ ਪਾਗਲਾਂ ਵਾਂਗ ਬਹੁ ਦਾਈ ਦੌੜ ਰਹੇ ਹੁੰਦੇ ਸਨ ਬਾਦਸ਼ਾਹ ਦੀ ਅੱਖਾਂ ਮੀਟਦੇ ਹੀ ਬਗਾਵਤਾਂ ਜਾਗ ਪੈਂਦੀਆਂ ਸਨ ਇਸ ਕਰਕੇ ਕਈ ਵਾਰ ਬਾਦਸ਼ਾਹ ਦੀ ਮੌਤ ਨੂੰ ਕਿੰਨੇ ਹੀ ਦਿਨ ਲੁਕਾ ਕੇ ਰੱਖਿਆ ਜਾਂਦਾ ਸੀ ਧੰਨਵਾਦ